ਗੰਦੇ ਨਾਲੇ 'ਚ ਵਹਿ ਗਿਆ 10 ਸਾਲ ਦਾ ਮਾਸੂਮ। ਛੋਟੇ ਭਰਾ ਨਾਲ ਖੇਡਦੇ ਸਮੇਂ ਹੋਇਆ ਹਾਦਸਾ। ਤੁਸੀਂ ਵੀ ਰੱਖੋ ਆਪਣੇ ਬੱਚਿਆਂ ਦਾ ਧਿਆਨ। ਦੱਸ ਦੇ ਕਿ ਗੰਦੇ ਨਾਲੇ 'ਚ ਇੱਕ 10 ਸਾਲ ਦਾ ਮਾਸੂਮ ਜਵਾਕ ਬਹਿ ਗਿਆ ਤਾਂ ਆਪਣੇ ਛੋਟੇ ਭਰਾ ਦੇ ਨਾਲ ਖੇਡ ਰਿਹਾ ਸੀ, ਜਿਸ ਸਮੇਂ ਇਹ ਵੱਡਾ ਹਾਦਸਾ ਹੋ ਜਾਂਦਾ ਹੈ ਅਤੇ ਨਾਲੇ ਦੇ ਵਿੱਚ ਭਾਰੀ ਮੀਂਹ ਤੋਂ ਬਾਅਦ ਤੇਜ਼ ਵਹਾ ਸੀ ਅਤੇ ਇਸ ਵਹਾ ਦੇ ਵਿੱਚ ਇਹ ਬੱਚਾ ਬਹਿ ਜਾਂਦਾ। ਮਿਲੀ ਜਾਣਕਾਰੀ ਅਨੁਸਾਰ ਇਸ ਬੱਚੇ ਦਾ ਪੈਰ ਫਿਸਲਿਆ ਸੀ, ਜਿਸ ਤੋਂ ਬਾਅਦ ਇਹ ਨਾਲੇ 'ਚ ਡਿੱਗ ਜਾਂਦਾ, ਜਿਸ ਤੋਂ ਬਾਅਦ ਇਸਦਾ ਛੋਟਾ ਭਰਾ ਹੁੰਦਾ ਉਹ ਘਰੇ ਜਾ ਕੇ ਸਾਰੀ ਜਾਣਕਾਰੀ ਦਿੰਦਾ, ਜਿਸ ਤੋਂ ਬਾਅਦ ਇਸ ਬੱਚੇ ਨੂੰ ਲੱਭਣ ਦੇ ਲਈ ਰੈਸਕਿਊ ਅਭਿਆਨ ਚਲਾਇਆ ਗਿਆ ਅਤੇ ਹਾਲੇ ਤੱਕ NDRF ਦੀ ਟੀਮ ਨੂੰ ਇਸ ਬੱਚੇ ਦੀ ਲਾਸ਼ ਨਹੀਂ ਮਿਲੀ ਹੈ ਅਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਤਾਂ ਤੁਹਾਨੂੰ ਦੱਸ ਦਈਏ ਕਿ ਪੰਚਕੂਲਾ ਦੇ ਵਿੱਚ ਇਹ ਵੱਡਾ ਹਾਦਸਾ ਹੋਇਆ, ਜਿੱਥੇ ਪਰਿਵਾਰ ਦਾ ਇੱਕ 10 ਸਾਲ ਦਾ ਮਾਸੂਮ ਗੰਦੇ ਨਾਲੇ ਦੇ ਵਿੱਚ ਬਹਿ ਗਿਆ ਤਾਂ ਛੋਟੇ ਭਰਾ ਦੇ ਨਾਲ ਇਹ ਖੇਡ ਰਿਹਾ ਸੀ। ਇਸ ਦੌਰਾਨ ਇਸ ਬੱਚੇ ਦਾ ਪੈਰ ਫਿਸਲ ਜਾਂਦਾ ਹੈ ਅਤੇ ਇਹ ਨਾਲੇ ਦੇ ਵਿੱਚ ਡਿੱਗ ਜਾਂਦਾ ਹੈ। ਤਾਂ ਭਾਰੀ ਮੀਂਹ ਤੋਂ ਬਾਅਦ ਨਾਲੇ ਦੇ ਵਿੱਚ ਵੀ ਵਹਾਅ ਤੇਜ਼ ਸੀ ਅਤੇ ਇਹ ਵਹਾਅ ਦੇ ਨਾਲ ਬਹਿ ਜਾਂਦਾ ਹੈ। ਤਾਂ ਛੋਟਾ ਭਰਾ ਡਰਦਾ ਹੋਇਆ ਸਾਰਾ ਕੁਝ ਘਰੇ ਜਾ ਕੇ ਆਪਣੇ ਪਰਿਵਾਰ ਨੂੰ ਦੱਸਦਾ ਹੈ ਅਤੇ ਪਰਿਵਾਰ ਵੀ ਸੁਣ ਕੇ ਹੈਰਾਨ ਹੋ ਜਾਂਦਾ ਹੈ ਅਤੇ ਮੌਕੇ 'ਤੇ ਪਹੁੰਚਦਾ ਹੈ ਅਤੇ ਉਸਨੂੰ ਲੱਭਣ ਦੀ ਕੋਸ਼ਿਸ਼ ਕਰਦਾ ਹੈ ਪਰ ਉਹ ਬੱਚਾ ਨਹੀਂ ਮਿਲਦਾ ਅਤੇ ਫਿਰ ਪ੍ਰਸ਼ਾਸਨ ਨੂੰ ਸੰਪਰਕ ਕਰਿਆ ਜਾਂਦਾ। ਤਾਂ ਮੌਕੇ 'ਤੇ NDRF ਦੀ ਟੀਮ ਪਹੁੰਚਦੀ ਹੈ ਅਤੇ ਉਸਨੂੰ ਲੱਭਣ ਦੇ ਲਈ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ।